ਤੁਹਾਡੇ ਸਰੋਤਿਆਂ ਨੂੰ ਵੀ ਇਸ ਜਿਹੜੇ ਫੈਸਲੇ ਦੇ ਵਿੱਚ ਸਿੱਖਿਜ਼ਮ ਨੂੰ ਡਿਫਾਈਨ ਕੀਤਾ ਗਿਆ ਕਲਟ ਦੇ ਤੌਰ 'ਤੇ, ਉਹਨਾਂ ਨੂੰ ਜਿਸ ਬੰਦੇ ਨੇ ਇਹ ਇਸਤੇਮਾਲ ਕੀਤਾ ਉਸ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਕਲਟ ਅਤੇ ਧਰਮ ਦੇ ਵਿੱਚ ਕੀ ਫਰਕ ਹੈ। ਧਰਮ ਨੂੰ ਜਿਹੜਾ ਸਾਰੀ ਦੁਨੀਆ ਦੇ ਵਿੱਚ ਕਨੋਲੇਜ 'ਤੇ ਮੰਨਿਆ ਜਾਂਦਾ ਵੀ ਪੰਜਵਾਂ ਵੱਡਾ ਧਰਮ ਆ ਦੁਨੀਆ ਦਾ, ਔਰ ਉਸ ਧਰਮ ਬਾਰੇ ਕਲਟ ਲਫਜ਼ ਇਸਤੇਮਾਲ ਕਰਨਾ, ਮੈਂ ਸਮਝਦਾ ਸਿੱਖਾਂ ਦੇ ਭਾਵਨਾਵਾਂ ਨੂੰ, ਧਾਰਮਿਕ ਭਾਵਨਾਵਾਂ ਨੂੰ ਬਹੁਤ ਬੁਰੀ ਤਰ੍ਹਾਂ। ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜ਼ਿਕਰ ਕੀਤਾ ਗਿਆ ਕਿ ਗੁਰੂ ਨਾਨਕ ਦੇਵ ਜੀ ਅਯੋਧਿਆ ਦੀ ਧਰਤੀ 'ਤੇ ਗਏ ਸੀਗੇ, ਉਹਦੇ ਬਾਰੇ ਵੀ ਦੱਸੋ ਕਿ ਉਹ ਸਾਰਾ ਫੈਸਲੇ ਦੇ ਵਿੱਚ ਕੀ ਚੀਜ਼ਾਂ ਲਿਖੀਆਂ ਗਈਆਂ। ਅਯੋਧਿਆ ਵਿਵਾਦਿਤ ਜ਼ਮੀਨ 'ਤੇ ਜੋ ਅਦਾਲਤ ਵੱਲੋਂ ਸੁਪਰੀਮ ਕੋਰਟ ਦੇ ਵੱਲੋਂ ਫੈਸਲਾ ਸੁਣਾਇਆ ਗਿਆ, ਉਸ 'ਤੇ ਜਿਹੜਾ ਉਸ ਫੈਸਲੇ ਦੇ ਵਿੱਚ ਕੁਝ ਸ਼ਬਦ ਵਰਤੇ ਗਏ ਆ ਜਿਸ 'ਤੇ ਸਿੱਖ ਭਾਈਚਾਰੇ ਨੇ ਜਿਹੜਾ ਇਤਰਾਜ਼ ਜਤਾਇਆ। ਅੱਜ ਸਾਡੇ ਨਾਲ ਨੇ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ ਜੀ, ਜੋ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਹ ਜਾਣਾਂਗੇ, ਕਿਉਂਕਿ ਉਹਨਾਂ ਦਾ ਕਹਿਣਾ ਕਿ ਇਸ ਫੈਸਲੇ ਦੇ ਵਿੱਚ ਜਿਹੜਾ ਇੱਕ ਸ਼ਬਦ ਯੂਜ਼ ਕੀਤਾ ਗਿਆ ਉਹਨਾਂ 'ਤੇ ਉਹਨਾਂ ਨੇ ਇਤਰਾਜ਼ ਜਤਾਇਆ, ਕੀ ਆ ਉਹ ਸ਼ਬਦ, ਇਹਨਾਂ ਤੋਂ ਜਾਣਦੇ ਹਾਂ ਅਤੇ ਉਸ ਦੀ ਵਜ੍ਹਾ ਕੀ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਵੀ, ਤੁਹਾਡੇ ਸਰੋਤਿਆਂ ਨੂੰ ਵੀ ਇਸ ਜਿਹੜੇ ਫੈਸਲੇ ਦੇ ਵਿੱਚ ਸਿੱਖਿਜ਼ਮ ਨੂੰ ਡਿਫਾਈਨ ਕੀਤਾ ਗਿਆ ਕਲਟ ਦੇ ਤੌਰ 'ਤੇ, ਉਹਨਾਂ ਨੂੰ ਜਿਸ ਬੰਦੇ ਨੇ ਇਹ ਇਸਤੇਮਾਲ ਕੀਤਾ ਉਸ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਕਲਟ ਅਤੇ ਧਰਮ ਦੇ ਵਿੱਚ ਕੀ ਫਰਕ ਆ। ਸਾਡਾ ਇੰਡੀਪੈਂਡੈਂਟ ਸਾਵਰਨ ਰਿਲੀਜਨ ਆ, ਐਸਟੈਬਲਿਸ਼ਡ ਰਿਲੀਜਨ ਆ, ਸਾਡਾ ਪ੍ਰੋਫਿਟ ਆ, ਸਾਡਾ ਗ੍ਰੰਥ ਆ, ਸਕ੍ਰਿਪਚਰ ਜਿਸ ਨੂੰ ਕਹਿ ਦਿੰਦੇ, ਪਰ ਸਾਡਾ ਤਾਂ ਸਕ੍ਰਿਪਚਰ ਤੋਂ ਵੀ ਅੱਗੇ ਸ਼੍ਰੀ ਗੁਰੂ ਗ੍ਰੰਥ ਸਾਕਸ਼ਾਤ ਲਿਵਿੰਗ ਕਾਰਪੋਰੇਟ ਗੁਰੂ ਆ। ਇਸੇ ਤਰੀਕੇ ਨਾਲ ਸਾਡਾ ਜਿਹੜਾ ਧਾਰਮਿਕ ਸਥਲ ਹੈ ਜਿਸ ਦਰਬਾਰ ਸਾਹਿਬ ਆ ਜਿਹੜਾ ਅੰਮ੍ਰਿਤਸਰ ਦੇ ਵਿੱਚ, ਸਾਡੀਆਂ ਆਪਣੀਆਂ ਰੋਹ ਰੀਤਾਂ, ਸਾਡੇ ਆਪਣੇ ਰਸਮੋ ਰਿਵਾਜ਼ ਆ, ਸਾਡੀ ਆਪਣੀ ਰਹਿਤ ਮਰਿਆਦਾ ਹੈ, ਸਾਡਾ ਆਪਣਾ ਇਤਿਹਾਸ ਆ ਜਿਹੜਾ ਔਥੈਂਟਿਕ, ਰਿਲਾਇਬਲ, ਡਿਪੈਂਡੇਬਲ ਇਤਿਹਾਸ ਆ, ਐਵੀਡੈਂਸ ਦੇ ਉੱਤੇ ਬੇਸਡ ਹੋਇਆ। ਸੋ ਇਸ ਕਰਕੇ ਇਸ ਕਿਸਮ ਦੇ ਧਰਮ ਨੂੰ ਜਿਹੜਾ ਸਾਰੀ ਦੁਨੀਆ ਦੇ ਵਿੱਚ ਕਨੋਲੇਜ 'ਤੇ ਮੰਨਿਆ ਜਾਂਦਾ ਵੀ ਪੰਜਵਾਂ ਵੱਡਾ ਧਰਮ ਆ ਦੁਨੀਆ ਦਾ, ਔਰ ਉਸ ਧਰਮ ਬਾਰੇ ਕਲਟ ਲਫਜ਼ ਇਸਤੇਮਾਲ ਕਰਨਾ, ਮੈਂ ਸਮਝਦਾ ਸਿੱਖਾਂ ਦੇ ਭਾਵਨਾਵਾਂ ਨੂੰ, ਧਾਰਮਿਕ ਭਾਵਨਾਵਾਂ ਨੂੰ ਬਹੁਤ ਬੁਰੀ ਤਰ੍ਹਾਂ ਹਰਟ ਕੀਤਾ, ਜਾਂ ਤਾਂ ਉਹਨਾਂ ਨੇ ਜਾਣ ਬੁੱਝ ਕੇ ਕੀਤਾ ਜਾਂ ਉਹਨਾਂ ਨੇ ਅਣਜਾਣੇ ਕੀਤਾ। ਤੋ ਮੈਨੂੰ ਮਤਲਬ ਇਸ ਬਾਰੇ ਮੈਂ ਡੈਫੀਨੇਟਲੀ ਨਹੀਂ ਕਹਿ ਸਕਦਾ ਕਿ ਉਹਨਾਂ ਨੇ ਅਣਜਾਣੇ ਕੀਤਾ ਜਾਂ ਜਾਣ ਬੁੱਝ ਕੇ ਕੀਤਾ, ਇਹ ਉਹ ਜਾਣਨ। ਥੋੜ੍ਹਾ ਵਿਸਤਾਰ ਦੇ ਵਿੱਚ ਦੱਸੋਗੇ ਕਿ ਇਹ ਸ਼ਬਦ ਕਿੰਨੀ ਵਾਰ ਯੂਜ਼ ਕੀਤਾ ਗਿਆ ਔਰ ਕਿਹੜੀ ਜਗ੍ਹਾ ਜਿਹੜੀ ਪਾਰਟੀਕੁਲਰ ਆ ਉੱਥੇ ਇਹ ਸ਼ਬਦ ਆਇਆ ਗਿਆ? ਉੱਥੇ ਉਹਨਾਂ ਨੇ ਕਿਸੇ ਬੰਦੇ ਤੋਂ, ਅਨਨੋਨ ਆਦਮੀ ਤੋਂ, ਜਿਸ ਤਰ੍ਹਾਂ ਰਜਿੰਦਰ ਸਿੰਘ ਆ ਕੋਈ ਆਦਮੀ, ਅਸੀਂ ਕੋਈ ਉਸ ਨੂੰ ਜਾਣਦਾ ਨਹੀਂ ਕਿ ਉਹਦੀ ਸਿੱਖਿਜ਼ਮ ਦੀ ਸਟੱਡੀ ਦੇ ਵਿੱਚ ਕੀ ਜਗ੍ਹਾ ਹੈ। ਸਿੱਖਾਂ ਦੇ ਕੋਲ ਧਾਰਮਿਕ ਆਪਣੇ ਇੰਸਟੀਟਿਊਸ਼ਨਸ ਹੈਗੇ, ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਬੜਾ ਅਦਾਰਾ ਸਾਡਾ, ਉਹ 1920 ਤੋਂ ਐਸਟੈਬਲਿਸ਼ਡ ਆ। ਤੁਸੀਂ ਜੇ ਕੋਈ ਸਿੱਖਿਜ਼ਮ ਬਾਰੇ ਗੱਲ ਪੁੱਛਣੀ ਸੀ ਤਾਂ ਤੁਹਾਨੂੰ ਚਾਹੀਦਾ ਸੀ ਸੁਪਰੀਮ ਕੋਰਟ ਨੂੰ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਦੇ ਜਾਂ ਟੈਲੀਫੋਨ ਕਰਦੇ ਵੀ ਸਾਨੂੰ ਬੰਦਾ ਦਿਓ ਇਸ ਗੱਲ 'ਤੇ, ਅਸੀਂ ਕਲੈਰੀਫਿਕੇਸ਼ਨ ਲੈਣੀ। ਉਹ ਤਾਂ ਉਹਨਾਂ ਨੇ ਇਸ ਕਿਸਮ ਦੀ ਗੱਲ ਕੀਤੀ ਨਹੀਂ, ਇੱਕ ਅਨਨੋਨ ਆਦਮੀ ਨੂੰ ਬੁਲਾ ਕੇ ਉੱਥੇ ਤੁਸੀਂ ਇਸ ਕਿਸਮ ਦੀ ਗੱਲ ਕਹਾਤੀ ਔਰ ਉਹ ਇਸ ਜੱਜਮੈਂਟ ਦੇ ਵਿੱਚ ਰਿਕਾਰਡ ਕਰ ਲਈ। ਫਿਰ ਉਸ ਨੇ ਜਨਮ ਸਾਖੀਆਂ ਦੇ ਰੈਫਰੈਂਸਿਸ ਵੀ ਦਿੱਤੇ ਆ ਵੀ 1510 ਦੇ ਵਿੱਚ ਫਲਾਨੀ ਫਲਾਨੀ ਜਨਮ ਸਾਖੀ ਮਿਹਰਬਾਨ ਦੀ ਜਨਮ ਸਾਖੀ ਆ। ਮਿਹਰਬਾਨ ਜਿਹੜਾ ਸੀ ਉਹ ਗੁਰੂਆਂ ਦਾ ਦੋਖੀ ਸੀ ਔਰ ਉਹਨਾਂ ਉਸਦੇ ਬਾਪ ਨੇ ਕੰਸਪੀਰੇਸੀਜ ਕੀਤੀਆਂ ਗੁਰੂ ਨੂੰ ਮਰਵਾਉਣ ਦੀਆਂ, ਗੁਰੂ ਹਰਗੋਬਿੰਦ ਸਾਹਿਬ ਨੂੰ ਮਰਵਾਉਣ ਦੀਆਂ ਤਾਂ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਮਰਵਾ ਦਿੱਤਾ ਜਾਵੇ, ਉਸ ਤੋਂ ਬਾਅਦ ਜਿਹੜੀ ਗੱਦੀ ਦਾ ਜਾਨਸ਼ੀਨ ਹੈ
ਉਹ ਉਹਨਾਂ ਦਾ ਬੇਟਾ ਹੋਵੇ ਮਿਹਰਬਾਨ। ਤੋ ਮਿਹਰਬਾਨ ਦੀ ਜਨਮ ਸਾਖੀ ਆ ਜਿਹੜੀ ਉਹ ਨਕਾਰੀ ਜਾ ਚੁੱਕੀ ਹੈ, ਸਿੱਖ ਇਤਿਹਾਸਕਾਰਾਂ ਨੇ ਉਸਨੂੰ ਨਕਾਰਿਆ ਔਰ ਜਿਹੜੇ ਨੌਨ ਸਿੱਖ ਹਿਸਟੋਰੀਅਨਸ ਆ ਉਹਨਾਂ ਨੇ ਵੀ ਉਸਨੂੰ ਰਿਜੈਕਟ ਕੀਤਾ। ਔਰ ਕੋਈ ਵੀ ਐਸੀ ਚੀਜ਼ ਜਿਹੜੀ ਜਨਮ ਸਾਖੀ ਦੇ ਵਿੱਚ ਸਿੱਖ ਕਿਸਮ ਦੇ ਫੰਡਾਮੈਂਟਲਸ ਨੂੰ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਆ ਉਹਨੂੰ ਕੰਟਰਡਿਕਟ ਕਰਦੀ ਆ, ਉਹ ਐਕਸੈਪਟੇਬਲ ਨਹੀਂ ਹੈ। ਇਸ ਤਰ੍ਹਾਂ ਤਾਂ ਗੁਰੂ ਨਾਨਕ ਦੇਵ ਮਹਾਰਾਜ ਆ ਉਹ ਮੱਕੇ ਮਦੀਨੇ ਵੀ ਗਏ ਆ, ਤਾਂ ਇਹਦਾ ਮਤਲਬ ਉਹ ਮੁਸਲਮਾਨ ਬਣ ਗਏ। ਤੋ ਇਸ ਕਿਸਮ ਦੀ ਹਮਾਕਤ ਜਿਹੜੀ ਕਰਾਈ ਗਈ ਆ ਸੁਪਰੀਮ ਕੋਰਟ ਦੇ ਵਿੱਚ, ਉਸ ਬੰਦੇ ਦੀ ਗਵਾਹੀ ਦੇ ਆਧਾਰ ਦੇ ਉੱਤੇ ਉਹ ਸਿੱਖਾਂ ਦੀਆਂ ਰਿਲੀਜੀਅਸ ਜਿਹੜੀਆਂ ਸੈਂਸੀਬਿਲਟੀਜ਼ ਆ ਉਸ ਨੂੰ ਬਹੁਤ ਬੁਰੀ ਤਰ੍ਹਾਂ ਹਰਟ ਕਰਦੇ। ਤੋ ਇਹੋ ਜਿਹੀ ਚੀਜ਼ ਨੂੰ ਠੀਕ ਕਰਨਾ ਚਾਹੀਦਾ ਸੁਪਰੀਮ ਕੋਰਟ ਨੂੰ, ਔਰ ਇਹ ਚੀਜ਼ ਸਾਡੇ ਲਈ ਐਕਸੈਪਟੇਬਲ ਨਹੀਂ ਹੈ, ਹੋ ਨਹੀਂ ਸਕਦੀ, ਕਿਉਂਕਿ ਇਹਦਾ ਨਾ ਤਾਂ ਇਤਿਹਾਸਿਕ ਕੋਈ ਆਧਾਰ ਆ, ਨਾ ਕੋਈ ਹੋਰ ਇਸ ਕਿਸਮ ਦਾ ਉਹਨਾਂ ਕੋਲ ਕੋਈ ਐਵੀਡੈਂਸ ਆ ਜਿਸਦੇ ਬਿਨਾਹ ਦੇ ਉੱਤੇ ਇਸ ਕਿਸਮ ਦੀ ਉਹ ਗੱਲ ਕਰ ਸਕਣ। ਤੋ ਨਾਲੇ ਜਿਹੜੀਆਂ ਵੀ ਇਹ ਜਨਮ ਸਾਖੀਆਂ ਹੈਗੀਆਂ ਇਹ ਗੁਰੂ ਨਾਨਕ ਦੇਵ ਮਹਾਰਾਜ ਤੋਂ 150 ਸਾਲ ਮਗਰੋਂ ਲਿਖੀਆਂ ਗਈਆਂ ਔਰ ਉਹ ਗੁਰੂ ਅਰਜਨ ਦੇ ਪੀਰੀਅਡ ਦੇ ਨੇੜੇ ਤੇੜੇ ਆਉਂਦੀਆਂ। ਤੋ ਇਸ ਕਰਕੇ ਇਹਨਾਂ ਜਨਮ ਸਾਖੀਆਂ ਨੂੰ ਇਨ ਟੋਟੋ ਐਕਸੈਪਟ ਨਹੀਂ ਕੀਤਾ ਜਾ ਸਕਦਾ। ਤੋ ਮਹਾਰਾਜ ਨੇ ਰਾਮ ਦਾ ਜਿਹੜਾ ਲਫ਼ਜ਼ ਯੂਜ਼ ਕੀਤਾ ਹੈ ਉਹ ਆਇਡੈਂਟੀਫਾਈ ਕਰਦਾ ਗੋਡ ਨੂੰ, ਜਿਹੜਾ ਸਿੱਖਾਂ ਦੀ ਡੈਫੀਨੇਸ਼ਨ 'ਚ ਆਉਂਦਾ, ਜਿਹੜਾ ਫਾਰਮਲੈਸ ਆ, ਨਾ ਉਹ ਕਿਸੇ ਫਾਰਮ ਦੇ ਫਰੇਮਵਰਕ 'ਚ ਆਉਂਦਾ, ਨਾ ਕਿਸੇ ਟਾਈਮ ਦੇ, ਨਾ ਕਿਸੇ ਡਾਇਮੈਂਸ਼ਨ ਦੇ। ਤੋ ਇਸ ਕਰਕੇ ਉਸ ਨੂੰ ਆਇਡੈਂਟੀਫਾਈ ਕਰ ਲੈਣਾ ਇੱਕ ਬੰਦੇ ਦੇ ਨਾਲ ਉਹ ਸਾਡੇ ਲਈ ਅਨਐਕਸੈਪਟੇਬਲ, ਉਹ ਸਾਡੇ ਸਿਧਾਂਤਾਂ ਦੇ ਬਿਲਕੁਲ ਮੁਖਾਲਿਫ ਹੈ। ਔਰ ਸਿੱਖਾਂ ਨੂੰ ਇਸ ਕਿਸਮ ਦੀ ਫੀਲਿੰਗ ਆ ਕਿ ਲਗਾਤਾਰ ਹਿੰਦੂਆਂ ਦਾ, ਇੰਡੀਆ ਦਾ ਜਿਹੜੇ ਇੰਸਟੀਟਿਊਸ਼ਨਸ ਆ, ਚਾਹੇ ਉਹ ਜੁਡੀਸ਼ਰੀ ਆ, ਚਾਹੇ ਉਹ ਐਗਜ਼ੈਕਟਿਵ ਆ, ਚਾਹੇ ਉਹ ਲੈਜਿਸਲੇਚਰ ਆ, ਔਰ ਉਹ ਸਾਰੇ ਦੇ ਸਾਰੇ ਸਾਡੇ ਧਰਮ ਦੇ ਉੱਤੇ ਡਾਇਰੈਕਟ ਔਰ ਇਨਡਾਇਰੈਕਟ ਹਿੱਟ ਕਰਦੇ। ਇੱਕ ਹੋਰ ਚੀਜ਼ ਆ ਜਿਹੜਾ ਫੈਸਲਾ ਇਹ ਆਇਆ ਉਹਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜ਼ਿਕਰ ਕੀਤਾ ਗਿਆ ਕਿ ਗੁਰੂ ਨਾਨਕ ਦੇਵ ਜੀ ਅਯੋਧਿਆ ਦੀ ਧਰਤੀ 'ਤੇ ਗਏ ਸੀਗੇ, ਉਹਦੇ ਬਾਰੇ ਵੀ ਦੱਸੋ ਕਿ ਉਹ ਸਾਰਾ ਫੈਸਲੇ ਦੇ ਵਿੱਚ ਕੀ ਚੀਜ਼ਾਂ ਲਿਖੀਆਂ ਗਈਆਂ, ਗੁਰੂ ਨਾਨਕ ਦੇਵ ਜੀ ਦਾ ਕੀ ਉਹਦੇ ਵਿੱਚ ਹੋਰ ਜ਼ਿਕਰ ਕੀਤਾ? ਉਹਦੇ ਵਿੱਚ ਕੋਈ ਉਹਦੀ ਅਥੈਂਟਿਕ ਰਿਲਾਇਬਲ ਮਤਲਬ ਹਿਸਟੋਰੀਕਲ ਐਵੀਡੈਂਸ ਨਹੀਂ ਹੈ। ਗੁਰੂ ਨਾਨਕ ਦੇਵ ਗਏ ਹੋਣੇ ਜਗ੍ਹਾ ਜਗ੍ਹਾ ਗਏ ਆ, ਉਹ ਮੱਕੇ ਮਦੀਨੇ ਵੀ ਗਏ ਆ, ਉਹ ਕੁਰਕਸ਼ੇਤਰ ਵੀ ਗਏ ਆ, ਉੱਥੇ ਜਿਹੜੇ ਲੋਕ ਗੁੰਮਰਾਹ ਹੋਏ ਹੋਏ ਸੀ ਜਾਂ ਇਹਨਾਂ ਮੰਦਰਾਂ ਦੇ ਵਿੱਚ ਸਿੱਧਾਂ ਨਾਲ ਗੋਸ਼ਟੀ ਕੀਤੀ ਹੈ ਮਹਾਰਾਜ ਨੇ, ਉਹਨਾਂ ਨੂੰ ਕਨਫਰੰਟ ਕੀਤਾ। ਗੁਰੂ ਤਾਂ ਮਤਲਬ ਕੌਡੇ ਰਾਖਸ਼ ਕੋਲ ਵੀ ਗਿਆ, ਗੁਰੂ ਤਾਂ ਹਰ ਜਗ੍ਹਾ ਗਿਆ, ਜਿੱਥੇ ਵੀ ਮਤਲਬ ਕੋਈ ਗੱਲ ਐਕਸਪਲਾਈਟੇਸ਼ਨ ਹੋ ਰਹੀ ਸੀ ਉਸ ਨੂੰ ਗੁਰੂ ਨੇ ਕਨਫਰੰਟ ਕੀਤਾ, ਉਹਨਾਂ ਨੂੰ ਦੱਸਿਆ ਵੀ ਤੁਸੀਂ ਇਹਨਾਂ ਭੁਲੇਖਿਆਂ ਦੇ ਵਿੱਚ ਪਏ ਹੋਏ ਹੋ, ਇਹ ਗੁੰਮਰਾਹ ਕਰ ਰਹੇ ਹੋ ਤੁਸੀਂ ਲੋਕਾਂ ਨੂੰ ਔਰ ਲੋਕਾਂ ਨੂੰ ਤੁਸੀਂ ਐਕਸਪਲਾਇਟ ਕਰ ਰਹੇ ਹੋ। ਤੋ ਗੁਰੂ ਦੇ ਉੱਥੇ ਜਾਣ ਦੇ ਨਾਲ ਤਾਂ ਇਹ ਨਹੀਂ ਐਸਟੈਬਲਿਸ਼ ਹੁੰਦਾ ਵੀ ਗੁਰੂ ਨਾਨਕ ਇਸ ਗੱਲ ਦੇ ਵਿੱਚ ਵਿਸ਼ਵਾਸ ਦਾ ਪਾਤਰ ਆ, ਗੁਰੂ ਨਾਨਕ ਦਾ ਵਿਸ਼ਵਾਸ ਆ ਜਿਹੜਾ ਉਹ ਆਪਣਾ ਉਸਦੀ ਬਾਣੀ ਵਿੱਚ ਰਿਫਲੈਕਟ ਹੁੰਦਾ, ਉਸਦੀ ਸੇਇੰਗ 'ਚ ਹੁੰਦਾ, ਉਸਦੀ ਆਪਣੀ ਲਾਈਫ 'ਚ ਹੁੰਦਾ। ਔਰ ਇਸ ਤਰੀਕੇ ਨਾਲ ਤਰੋੜ ਮਰੋੜ ਕੇ ਜਿਹੜੀਆਂ ਸਿੱਖਾਂ ਦੇ ਪ੍ਰੋਫਿਟ ਆ ਸਾਡਾ ਗੁਰੂ ਨਾਨਕ, ਉਸਦੇ ਨਾਲ ਲੱਗਦੀਆਂ ਇਸ ਕਿਸਮ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਉਹ ਸਿੱਖਾਂ ਨੂੰ ਬਹੁਤ ਬੁਰੀ ਤਰ੍ਹਾਂ ਹਰਟ ਕਰਦੇ। ਸੋ ਇਹ ਸਨ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ ਜੀ, ਜਿਨ੍ਹਾਂ ਨੇ ਕਿਹਾ ਕਿ ਜੋ ਸੁਪਰੀਮ ਕੋਰਟ ਦਾ ਜੋ ਫੈਸਲਾ ਆਇਆ ਉਹਦੇ ਵਿੱਚ ਇੱਕ ਕਲਟ ਜਿਹੜੇ ਸ਼ਬਦ ਦੀ ਵਰਤੋਂ ਕੀਤੀ ਗਈ ਸੀ ਜਦੋਂ ਸਿੱਖ ਧਰਮ ਦੇ ਨਾਲ ਉਹਨੂੰ ਰਿਲੇਟ ਕੀਤਾ ਗਿਆ, ਉਹਦੇ 'ਤੇ ਇਹਨਾਂ ਨੇ ਇਤਰਾਜ਼ ਜਤਾਇਆ ਕਿਉਂਕਿ ਇਹਨਾਂ ਨੇ ਕਿਹਾ ਕਿ ਜਦੋਂ ਇਹ ਚੀਜ਼ਾਂ ਨੇ ਸਿੱਖ ਧਰਮ ਦਾ ਜੋ ਸਿਧਾਂਤ ਨੇ ਜਾਂ ਜੋ ਸਿੱਖ ਧਰਮ ਹੈ ਉਹਦੇ ਮੁਤਾਬਕ ਇਹ ਸ਼ਬਦ ਵਰਤਣਾ ਜਿਹੜਾ ਵਾਜਬ ਨਹੀਂ ਹੈ। ਸੋ ਇਹਨਾਂ ਨੇ ਇਹੀ ਕਿਹਾ ਕਿ ਜਿਹੜੀ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ, ਜੇਕਰ
ਸੁਪਰੀਮ ਕੋਰਟ ਦੇ ਜੇ ਜੱਜ ਆ ਜਾਂ ਜੁਡੀਸ਼ਰੀ ਆ, ਜੇਕਰ ਉਹ ਕੋਈ ਫੈਸਲਾ ਸੁਣਾਉਣਾ ਚਾਹੁੰਦੇ ਆ, ਜੇਕਰ ਸਿੱਖ ਧਰਮ 'ਤੇ ਕੋਈ ਗੱਲ ਕਰਨਾ ਚਾਹੁੰਦੇ ਆ, ਤਾਂ ਉਹਨਾਂ ਨੂੰ ਪਹਿਲਾਂ ਇਹਦੇ ਬਾਰੇ ਜਾਣਕਾਰੀ ਲੈ ਲੈਣੀ ਚਾਹੀਦੀ ਹੈ, ਚਾਹੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਹੋਏ ਜਾਂ ਫਿਰ ਹੋਰ ਸਿੱਖ ਜਿਹੜੇ ਵਿਦਵਾਨ ਹੋਣ, ਉਹਨਾਂ ਤੋਂ ਸਾਰੀ ਜਾਣ ਕੇ ਅਤੇ ਜਾਣਕਾਰੀ ਲੈ ਕੇ ਅਤੇ ਫਿਰ ਹੀ ਫੈਸਲਾ ਜਿਹੜਾ ਸੁਣਾਉਣਾ ਚਾਹੀਦਾ, ਤਾਂ ਜੋ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਸਹਾਇਕ ਸੁਖਵਿੰਦਰ ਸਿੰਘ ਦੇ ਨਾਲ ਮੈਂ ਜਤਿੰਦਰ ਸਿੰਘ, ਸਪੋਕਸਮੈਨ TV।